ਜਿਹੜਾ ਤੇਰੀ ਸਮਝ ਤੋਂ ਪਰੇ ਉਹਨੂੰ ਜਾਣ, ਆਪਣੇ ਮੂਲ ਨੂੰ ਜਾਣ। ਵਾਹ ਵਾਹ ਵਾਹੀ ਵਾਹੀ ਜਾਣੀ ਵਾਹ ਵਾਹ ਵਹਿ ਵਹਿ ਲਫ਼ਜ਼ ਹੈ ਵੈਸੇ ਹਿੰਦੀ ਦਾ ਲਫ਼ਜ਼ ਹੈ ਵਹਿ, ਉਹਨੂੰ ਕਹਿੰਦੇ ਨੇ ਪੰਜਾਬੀ 'ਚ ਅਸੀਂ ਉਹ ਕਹਿੰਦੇ ਹਾਂ, ਹਿੰਦੀ 'ਚ ਵਹਿ ਕਹਿੰਦੇ ਨੇ। ਉਸ ਨੂੰ ਜਾਣੀਏ, ਜੇ ਉਸ ਨੂੰ ਜਾਣੀਏ ਫਿਰ ਕੀ ਹੁੰਦਾ, ਵਾਹ ਜਾਣਾ ਇਹ ਹੋਏ ਇਹ ਹੋਏ, ਉਹਨੂੰ ਜਾਣਿਆ ਤੇ ਕੀ ਹੁੰਦਾ, ਇਹ ਹੁੰਦਾ ਕਿ ਇਹ ਯਾਰ ਉਹ ਜਬ ਮਿਲੇ ਮਿਲਤ ਨਾ ਜਾਣੇ ਕੋਈ, ਬਸ ਉਹਨੂੰ ਜਦ ਇਹਨੇ ਜਾਣਿਆ ਜਦੇ ਦੋਵੇਂ ਮਿਲ ਜਾਂਦੇ ਨੇ। ਜਦ ਸਮੁੰਦਰ ਨੇ ਪਾਣੀ ਦਰਿਆ ਨੇ ਸਮੁੰਦਰ ਨੂੰ ਜਾਣਿਆ ਦੋਵੇਂ ਮਿਲ ਗਏ, ਜਦ ਸਮੁੰਦਰ ਟੱਚ ਕੀਤਾ ਨਾ ਸਮੁੰਦਰ ਦੇ ਪਾਣੀ ਨੂੰ, ਦਰਿਆ ਦੇ ਪਾਣੀ ਨੂੰ, ਬਸ ਦੋਵੇਂ ਮਿਲ ਗਏ। ਪਾਣੀ ਨੂੰ ਪਾਣੀ ਟੱਚ ਕਰਦੇ ਮਿਲ ਜਾਂਦੇ ਨੇ ਜਦੇ। ਜਦੋਂ ਬੁੱਧੀ ਮਨ ਬੁੱਧੀ ਟੱਚ ਕਰਦੇ ਨੇ ਜਾ ਕੇ ਆਪਣੇ ਮੂਲ ਨੂੰ, ਦੋਵੇਂ ਉਹ 'ਚ ਸਮਾ ਜਾਂਦੇ ਨੇ। ਜਿਵੇਂ ਦੋ ਬੁੱਧਾਂ ਨੂੰ ਟੱਚ ਕਰਦੀ ਦੋਵੇਂ ਮਿਲ ਜਾਣਗੀਆਂ, ਆਪਸ 'ਚ ਇੱਕ ਹੋ ਜਾਣਗੀਆਂ। ਬਾਹ ਜਾਣੇ ਇਹ ਹੋਏ, ਇਹ ਯਾਰ ਉਹ ਜੰਮਣੇ ਮਿਲਤ ਨਾ ਜਾਣੇ, ਮਿਲ ਜਾਂਦੇ ਨੇ। ਜਿਹੜਾ ਮਿਲਦਾ ਉਹਨੂੰ ਤਾਂ ਪਤਾ ਲੱਗਦਾ, ਪਰ ਦੂਜੇ ਨੂੰ ਬਾਹਰ ਨਹੀਂ ਪਤਾ ਲੱਗਦਾ, ਕਿਸੇ ਨੂੰ ਦੁਨੀਆਂ 'ਚ ਕਿਸੇ ਨੂੰ ਨਹੀਂ ਪਤਾ ਲੱਗਦਾ। ਇਹ ਸਮੱਸਿਆ, ਕਿਸੇ ਨੂੰ ਨਹੀਂ ਪਤਾ ਲੱਗਦਾ ਮਿਲਤ ਨਾ ਜਾਣੇ ਕੋਈ, ਹੋਰ ਕੋਈ ਨਹੀਂ ਜਾਣ ਸਕਦਾ। ਜਿਹੜਾ ਮਿਲਦਾ ਉਹ ਤਾਂ ਜਾਣਦਾ, ਪਰ ਹੋਰ ਕੋਈ ਨਹੀਂ ਜਾਣ ਸਕਦਾ ਇਸ ਗੱਲ ਨੂੰ। ਮਿਲੇ ਤਾਂ ਅੰਦਰ ਨੇ, ਦੁਨੀਆਂ ਬਾਹਰ ਵਾਲੀ ਚੀਜ਼ ਜਾਣਦੀ ਹੈ, ਬਾਹਰ ਵਾਲੇ ਮਿਲਾਪ ਦੁਨੀਆਂ ਜਾਣਦੀ ਹੈ, ਅੰਦਰ ਵਾਲੇ ਮਿਲਾਪ ਨੂੰ ਦੁਨੀਆਂ ਨਹੀਂ ਜਾਣ ਸਕਦੀ। ਜਿਹੜਾ ਮਿਲਦਾ ਉਹਨੂੰ ਪਤਾ ਲੱਗਦਾ ਜ਼ਰੂਰ, ਜਿਹੜਾ ਮਿਲਦਾ ਉਹਨੂੰ ਤਾਂ ਪਤਾ ਲੱਗਦਾ, ਦੂਜੇ ਨੂੰ ਨਹੀਂ ਪਤਾ ਲੱਗਦਾ। ਉਹਨੂੰ ਪਤਾ ਕੀ ਲੱਗਦਾ, ਉਹਦਾ ਮਨ ਥਿਰ ਹੋ ਜਾਂਦਾ। ਉਹਨਾਂ ਚਿਰ ਮਨ ਥਿਰ ਨਹੀਂ ਹੁੰਦਾ ਜਿੰਨਾ ਚਿਰ ਮਿਲਦਾ ਨਹੀਂ ਆਪਣੇ ਮੂਲ ਨਾਲ, ਕਿਉਂਕਿ ਇਹਦਾ ਮੂਲ ਥਿਰ ਹੈ, ਠਾਕੁਰ ਹੈ ਨਾ ਉਹ। ਠਾਕੁਰ ਤਾਂ ਉਹਦਾ ਗੁਣਾ ਹੈ ਕਿ ਮਨ ਨੂੰ ਰੋਕ ਲੈਂਦਾ, ਜਿਵੇਂ ਵਗਦੇ ਦਰਿਆ ਨੂੰ ਸਮੁੰਦਰ ਰੋਕ ਲੈਂਦਾ ਨਾ, ਸਮੁੰਦਰ ਨੂੰ ਪਾਰ ਕਰਕੇ ਫਿਰ ਵਗ ਨਹੀਂ ਸਕਦਾ ਦਰਿਆ, ਉੱਥੇ ਰੁਕ ਜਾਂਦਾ ਸਮੁੰਦਰ ਕੋਲ ਜਾ ਕੇ। ਐਂ ਉਹਦੇ ਨਾਲ ਜਾ ਕੇ ਮਨ ਰੁਕ ਜਾਂਦਾ, ਬਸ ਜਿਹੋ ਜਿਹਾ ਉਹ ਥਿਰਿਆ ਉਹ ਜਿਹਾ ਥਿਰ ਹੋ ਜਾਂਦਾ, ਫਿਰ ਮਨ ਡੋਲਦਾ ਹੀ ਨਹੀਂ। ਹਾਂਜੀ, ਵਾਹ ਜਾਣੇ ਇਹ ਹੋਏ, ਇਹ ਯਾਰ ਉਹ ਜੰਮਲੇ ਮਿਲਤ ਨਾ ਜਾਣੇ ਕੋਈ, ਕੋਈ ਨਹੀਂ ਜਾਣੂਗਾ। ਇਸ ਕਰਕੇ ਲੋਕ ਤੁਹਾਨੂੰ ਉਹੋ ਜਿਹਾ ਹੀ ਸਮਝਣਗੇ ਜਿਹੋ ਜਿਹਾ ਪਹਿਲਾਂ ਸੀ। ਪਬਲਿਕ ਨੂੰ ਨਹੀਂ ਪਤਾ ਲੱਗਣਾ, ਕਿਸੇ ਨੂੰ ਨਹੀਂ ਪਤਾ ਲੱਗਣਾ ਇਹ ਗੱਲ ਦਾ। ਅਵਸਥਾ ਜਿਹਦੀ ਬਦਲੂ ਉਹਨੂੰ ਤਾਂ ਪਤਾ, ਹੋਰ ਕਿਸੇ ਨੂੰ ਕੋਈ ਪਤਾ ਨਹੀਂ। ਹਾਂਜੀ, ਸੱਸਾ ਸੋ ਨਿਕਾ ਸਰ ਕੇ ਭਗਤਾਂ ਦਾ ਪਤਾ ਨਹੀਂ ਲੱਗਦਾ। ਉਹ ਕਹਿੰਦੇ ਨਹੀਂ ਅਸੀਂ ਭਗਤੀ ਦੀ ਅਵਸਥਾ ਪ੍ਰਾਪਤ ਕਰ ਲਈ, ਜੇ ਕਹਿ ਵੀ ਦਿੰਦੇ ਨੇ ਤਾਂ ਲੋਕ ਵਿਸ਼ਵਾਸ ਨਹੀਂ ਕਰਦੇ। ਕਹਿ ਦਿੱਤਾ ਉਹਨਾਂ ਨੇ, ਕਈਆਂ ਨੇ ਭਗਤਾਂ ਨੇ ਵੀ ਕਿਹਾ ਦੱਸਿਆ, ਪੰਚਮ ਪਾਤਸ਼ਾਹ ਨੇ ਵੀ ਦੱਸਿਆ, ਗੁਰੂ ਨਾਨਕ ਨੇ ਵੀ ਇਸ਼ਾਰੇ ਮਾਤਰ ਕਈਆਂ ਨੇ ਗੱਲਾਂ, ਪਰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ। ਹਾਂਜੀ,